ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਤੁਸੀਂ ਵੀ ਜ਼ਰਾ ਸਾਵਧਾਨੀ ਵਰਤੋ, ਕਿਉਂਕਿ ਇੱਥੇ ਬੱਸ ਦੇ ਆਲੇ ਦੁਆਲੇ ਤੇ ਬੱਸ ਦੇ ਅੰਦਰ ਵੀ ਚੋਰਨੀਆਂ ਘੁੰਮਦੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਵੀ ਇਹ ਹੱਥ ਫੜ ਕੇ ਚੂੜੀ ਕੱਟੀ ਹੋਈ ਦਿਖਾ ਰਹੀ ਔਰਤ ਦਾ ਕਹਿਣਾ ਹੈ ਕਿ ਜਦੋਂ ਇਹ ਬੱਸ ਦੇ ਵਿੱਚ ਚੜ੍ਹਨ ਲੱਗੀ ਤਾਂ ਇਸ ਦੀਆਂ ਚੂੜੀਆਂ ਕੱਟ ਲਿਆ ਗਈਆਂ। ਪਤਾ ਇਹਨੂੰ ਉਦੋਂ ਲੱਗਾ ਜਦੋਂ ਚੂੜੀ ਖਿੱਚੀ ਜਾ ਰਹੀ ਸੀ। ਔਰਤ ਦਾ ਕਹਿਣਾ ਹੈ ਕਿ ਜਿਵੇਂ ਇਹ ਬੱਸ ਦੇ ਵਿੱਚ ਚੜ੍ਹਨ ਲੱਗੀ ਤਾਂ 3 ਤੋਂ 4 ਔਰਤਾਂ ਨੇ ਉਹਨੂੰ ਘੇਰਾ ਪਾ ਲਿਆ ਅਤੇ ਫਿਰ ਉਸਨੂੰ ਇਹ ਮਹਿਸੂਸ ਹੋਇਆ ਕਿ ਉਸਦੀ ਸੋਨੇ ਦੀ ਚੂੜੀ ਖਿੱਚੀ ਜਾ ਰਹੀ ਹੈ। ਜਦੋਂ ਉਸਨੇ ਦੇਖਿਆ ਤਾਂ ਚੂੜੀ ਕੱਟੀ ਹੋਈ ਸੀ। ਤੁਰੰਤ ਹੀ ਉਸਨੇ ਰੌਲਾ ਪਾਇਆ ਤੇ ਫਿਰ ਲੋਕਾਂ ਨੇ ਵੀ ਚੋਰਨੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਵੀਡੀਓ ਮੋਰਿੰਡਾ ਦੀ ਹੈ, ਜਿੱਥੇ ਮੋਰਿੰਡਾ ਦੇ ਬੱਸ ਸਟੈਂਡ ਤੋਂ ਇੱਕ ਔਰਤ ਚੰਡੀਗੜ੍ਹ ਦੀ ਬੱਸ 'ਚ ਚੜ੍ਹਨ ਲੱਗੀ ਤਾਂ ਉਸਨੂੰ 3 ਤੋਂ 4 ਔਰਤਾਂ ਨੇ ਪਹਿਲੇ ਤਾਂ ਘੇਰਾ ਪਾ ਲਿਆ ਅਤੇ ਫਿਰ ਬੜੀ ਹੀ ਚਲਾਕੀ ਦੇ ਨਾਲ ਉਸਦੇ ਸੋਨੇ ਦੀ ਚੂੜੀ ਨੂੰ ਕੱਟ ਲਿਆ। ਔਰਤ ਨੂੰ ਉਦੋਂ ਪਤਾ ਲੱਗ ਗਿਆ ਜਦੋਂ ਚੂੜੀ ਖਿੱਚੀ ਜਾ ਰਹੀ ਸੀ। ਇਸ ਦੌਰਾਨ ਹੀ ਔਰਤ ਨੇ ਰੋਲਾ ਪਾਇਆ ਅਤੇ ਲੋਕ ਇੱਥੇ ਇਕੱਠੇ ਹੋ ਗਏ ਅਤੇ ਚੋਰਨੀ ਨੂੰ ਕਾਬੂ ਕਰ ਲਿਆ ਗਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਚੋਰਨੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਜਲਦੀ ਉਸਨੂੰ ਅਦਾਲਤ 'ਚ ਪੇਸ਼ ਕਰਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾਏਗੀ ਕਿ ਆਖਿਰ ਕਿੱਡਾ ਵੱਡਾ ਗਿਰੋਹ ਹੈ ਤੇ ਕਿੱਥੇ-ਕਿੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਫਿਲਹਾਲ ਤੁਸੀਂ ਵੀ ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਥੋੜਾ ਜਿਹਾ ਇਹਤਿਆਤ ਵਰਤੋ ਅਤੇ ਸਾਵਧਾਨ ਰਹੋ। ਹਾਂਜੀ, ਮੇਰਾ ਨਾਮ ਦਲਵਿੰਦਰ ਕੌਰ ਹੈ। ਮੈਂ ਮੋਰਿੰਡਾ ਬੱਸ ਸਟੈਂਡ ਦੇ ਨੇੜੇ ਸ਼ੋਪ ਕਰਦੇ ਰਾਮ ਗੜੀਆ ਬਾਜ਼ਾਰ 'ਚ। ਮੈਂ ਚੰਡੀਗੜ੍ਹ ਕਿਸੇ ਕੰਮ ਲਈ ਆਪਣਾ ਸਵੇਰੇ ਚੱਲੀ ਸੀ 12:15 ਵਜੇ ਤਿਆਰ ਹੋ ਕੇ ਘਰ ਤੋਂ। ਜਿਵੇਂ ਮੈਂ ਬੱਸ ਚੜ੍ਹਨ ਲੱਗੀ ਜੀ, ਮੇਰੇ ਪਿੱਛੇ 2-3 ਲੇਡੀਜ਼ ਆਈਆਂ ਜਿਨ੍ਹਾਂ ਦਾ ਮੈਨੂੰ ਬੱਸ ਚੜ੍ਹਨ ਲੱਗਿਆ ਪਿੱਛੋਂ ਪੁਸ਼ ਕਰਕੇ ਪੂਰੀ ਤਰ੍ਹਾਂ ਧੱਕਾ ਮਾਰਿਆ ਅਤੇ ਮੈਨੂੰ ਕੁਛ ਲੱਗਿਆ ਕਿ ਉਹ ਮੇਰਾ ਕੁਛ ਖਿੱਚ ਰਹੀਆਂ ਨੇ। ਜਿਵੇਂ ਮੈਂ 2 ਸਟੈਪ ਬੱਸ ਚੜ੍ਹੀ, ਉਹ ਬੱਸ 'ਤੇ ਨਹੀਂ ਚੜ੍ਹੀਆਂ। ਮੈਂ ਦੇਖਿਆ ਮੇਰੀ ਬਾਂਹ ਦੇ ਵਿੱਚੋਂ 2 ਚੂੜੀਆਂ ਸੀ, ਗੋਲਡ ਪਾਈਆਂ ਹੋਈਆਂ। ਉਹਨਾਂ ਨੇ ਮੇਰੀ ਚੂੜੀ ਕੱਟ ਲਈ, ਇੱਕ ਚੂੜੀ ਪੂਰੀ ਤਰ੍ਹਾਂ ਵਿੰਗੀ ਹੋਈ ਪਈ ਸੀ, ਇੱਕ ਚੂੜੀ ਨਹੀਂ ਸੀ, ਨਾ ਹੀ ਮੇਰਾ ਪਰਸ ਸੀ ਮੇਰੇ ਹੱਥ ਦੇ ਵਿੱਚ। ਉਦੋਂ ਹੀ ਮੈਂ ਰੋਲਾ ਪਾ ਕੇ ਨਾਲ ਦੀ ਨਾਲ ਉਤਰ ਗਈ ਬੱਸ 'ਚੋਂ ਔਰ ਮੈਂ ਉਹ ਲੇਡੀ ਨੂੰ ਪਕੜ ਲਿਆ। ਲੋਕ ਸ਼ੋਰ ਪਾਇਆ ਵੀ ਚੋਰ ਚੋਰ ਕਰਕੇ, ਵੀ ਇਹਨੇ ਮੇਰੀ ਚੂੜੀ ਵੀ ਕੱਟ ਲਈ, ਪਰਸ ਵੀ ਖੋਹ ਲਿਆ। ਲੋਕਾਂ ਨੇ ਮੇਰੀ ਮਦਦ ਕਰਕੇ ਉਹ ਲੇਡੀ ਨੂੰ ਅਸੀਂ ਪਕੜ ਲਿਆ। ਉਹਦੀ ਜੇਬ ਵਿੱਚੋਂ ਚੂੜੀ ਨਿਕਲੀ ਕੱਟੀ ਹੋਈ ਮੇਰੀ, ਜਿਹੜੀ ਉਹਨੇ ਮੇਰੇ ਬਾਂਹ 'ਚੋਂ ਕੱਟ ਲਈ ਸੀ, ਨਾਲ ਹੀ ਉਹਨੇ ਪਰਸ ਮੇਰਾ ਉਹਦੇ ਵਿੱਚੋਂ ਉਹਦੇ ਸਮਾਨ 'ਚੋਂ ਨਿਕਲਿਆ। ਲੋਕਾਂ ਨੇ ਕਾਫੀ ਕੀਤਾ ਹੈ ਨਾ, ਮਾਰ ਕੁਟਾਈ ਕੀ, ਮਤਲਬ ਥੋੜ੍ਹਾ ਬਹੁਤਾ ਉਹਨੂੰ ਥੱਪੜ ਥੱਪੜ ਲਾਏ ਤਾਂ ਉਹ ਇਸ ਚੀਜ਼ ਨੂੰ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਹ ਪਕੜੀ ਗਈ। ਉਹ ਮੇਰਾ ਜੋ ਸਮਾਨ ਉਹਨੇ ਖਿੱਚਿਆ ਸੀ, ਤੋੜਿਆ ਸੀ ਮੇਰੇ ਆ ਬਾਂਹ 'ਤੇ, ਤੁਸੀਂ ਕੱਟ ਦੇਖ ਸਕਦੇ ਹੋ, ਅਤੇ ਚੂੜੀਆਂ ਕੱਟੀਆਂ ਹੋਈਆਂ ਉਹਦੇ ਕੋਲੋਂ ਨਿਕਲੀ ਅਤੇ ਉਹਨੂੰ ਪੁਲਿਸ ਕੋਲੋਂ ਅਰੈਸਟ ਕੀਤਾ ਗਿਆ ਅਤੇ ਉਹਦੇ ਖਿਲਾਫ਼ ਹੁਣ ਪਰਚਾ ਹੋਈ। ਅਤੇ ਲੋਕ ਇਸ ਚੀਜ਼ ਤੋਂ ਬਚ ਕੇ ਰਹਿਣ, ਇਹਨਾਂ ਲੋਕਾਂ ਤੋਂ। ਲੋਕਾਂ ਨੂੰ ਕੀ ਕਹਿਣਾ, ਤੁਸੀਂ ਦਲੇਰੀ ਨਾਲ ਫੜਿਆ ਨਾ, ਕੀ ਕਹਿਣਾ ਚਾਹੁੰਦੇ ਹੋ? ਲੇਡੀ, ਮੇਰਾ ਤਾਂ ਬਚਾਅ ਹੋ ਗਿਆ। ਮੇਰੇ ਵਰਗੀ ਪਤਾ ਨਹੀਂ ਕਿੰਨੀ ਕੁ ਲੇਡੀਜ਼ ਨੂੰ, ਕਿੰਨੇ ਲੋਕਾਂ ਨੂੰ ਲੁੱਟ ਚੁੱਕੀਆਂ ਜਾਂ ਉਹਨਾਂ ਨੇ ਅੱਗੋਂ ਲੁੱਟਣਾ ਸੀਗਾ, ਤਾਂ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਅਵੇਅਰ ਹੋ ਜਾਓ ਪੂਰੀ ਤਰ੍ਹਾਂ। ਜੇ ਕੋਈ ਇਹ ਜਿਹਾ ਆਉਂਦਾ ਉਹਨੂੰ ਛੱਡੋ ਨਾ, ਪੂਰੀ ਤਰ੍ਹਾਂ ਹੌਸਲੇ ਨਾਲ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਕਰੋ ਤਾਂ ਕਿ ਉਹਨਾਂ ਨੂੰ ਖਿਲਾਫ਼ ਕਾਰਵਾਈ ਹੋ ਸਕੇ। ਇਹਦੇ ਵਿੱਚ ਸਾਡੇ ਕੋਲ ਦਲਵਿੰਦਰ ਕੌਰ ਜੋ ਮੋਰਿੰਡੇ ਦੀ ਲੇਡੀ ਰਹਿਣ ਵਾਲੀ ਹੈਗੀ ਹੈ, ਇਹਨਾਂ ਵੱਲੋਂ ਇੱਕ ਕੰਪਲੇਂਟ ਆਈ ਸੀਗੀ ਵੀ ਉਹ ਜਿਹੜੀ ਬੱਸ ਦੇ ਵਿੱਚ ਕਿਤੇ ਜਾ ਰਹੇ ਸੀਗੇ ਅਤੇ ਉੱਥੇ ਭੀੜ ਦੇ ਵਿੱਚ ਇੱਕ ਜਿਹੜੀ ਗੋਮਾ ਨਾਂ ਦੀ ਜਨਾਨੀ ਹੈ ਜਿਹਨਾਂ ਨੇ ਉਹਦੀ ਚੂੜੀ ਕੱਟ ਲਈ ਸੀ, ਉੱਥੇ ਭੀੜ ਨੇ ਵੀ ਉੱਥੇ ਉਹਨੂੰ ਕਾਬੂ ਕਰ ਲਿਆ ਸੀਗਾ ਅਤੇ ਪੁਲਿਸ ਪਾਰਟੀ ਵੀ ਸਾਡੀ ਜਿਹੜੀ ਆ ਉੱਥੇ ਬੱਸ ਸਟੈਂਡ ਦੇ ਕਮਰੇ ਸੀਗੇ, ਉੱਥੇ ਉਹਨਾਂ ਨੇ ਭੀੜ ਦੇ ਵਿੱਚ ਜਾ ਕੇ ਉਹਨੂੰ ਕਾਬੂ ਕੀਤਾ ਅਤੇ ਇਹਦੇ ਖਿਲਾਫ਼ ਜਿਹੜੀ ਹੈ ਇੱਕ FIR ਰਜਿਸਟਰ ਕੀਤੀ, FIR 5 ਰਜਿਸਟਰ ਕੀਤੀ ਅਸੀਂ। ਇਹਦਾ ਨਾਮ ਗੁੰਮ, ਜੋ ਲੇਡੀ ਉੱਥੇ ਕਾਬੂ ਕੀਤੀ ਉਹਦਾ ਨਾਮ ਗੁੰਮ ਹੈ, ਜਿਹੜੀ ਪੱਖੋ ਵੱਲ ਲੁਧਿਆਣੇ ਦੀ ਰਹਿਣ ਵਾਲੀ ਹੈ, ਅਤੇ ਜਿਹੜਾ ਇਹਦੇ ਖਿਲਾਫ਼ ਜਿਹੜੀ ਸੋਨੇ ਦੀ ਜਿਹੜੀ ਚੂੜੀ ਕੱਟੀ ਸੀ ਉਹ ਵੀ ਅਸੀਂ ਜਿਹੜੀ ਰਿਕਵਰ ਕਰ ਲਈ ਹੈ। ਤਫਤੀਸ਼ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਸ ਬਾਰੇ ਵੀ ਤੁਹਾਨੂੰ ਜ਼ਰੂਰ